ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 4A 2019 ਐਡੀਸ਼ਨ ਲੈਸਨ 3 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਲੈਸਨ ਵਿੱਚ ਅਸੀਂ ਇੱਕ ਕੁਇਕ ਰਿਵਿਊ ਕਰਾਂਗੇ ਹਾਊਸ ਆਫ ਮਾਤਰਾ ਸੋ ਤਰਦਾ ਸਟੈਂਡਰਡ ਹੈ ਕਿ ਤੁਹਾਨੂੰ ਹਰ ਅੱਖਰ ਦੀ ਆਵਾਜ਼ ਆਣੀ ਚਾਹੀਦੀ ਹੈ ਹਰ ਵਾਵਲ ਦੀ ਆਵਾਜ਼ ਆਣੀ ਚਾਹੀਦੀ ਹੈ ਜਿਹੜੇ ਵੀ ਸਿੰਬਲ ਲੈਂਗੁਏਜ ਵਿੱਚ ਹੈਗੇ ਨੇ ਪੰਜਾਬੀ ਤੁਹਾਨੂੰ ਉਹਨਾਂ ਦੀ ਆਵਾਜ਼ ਆਣੀ ਚਾਹੀਦੀ ਹੈ ਤੁਹਾਨੂੰ ਪਤਾ ਹੈ ਕਿ ਸਾਡੇ ਕੋਲ 41 41 ਲੈਟਰਸ ਨੇ ਪੰਜਾਬੀ ਦੇ ਵਿੱਚ ਸਾਡੇ ਕੋਲ ਨਾਉ ਵਾਵਲ ਸਿੰਬल्स ਨੇ ਜਿਵੇਂ ਕਨਾ ਸਿਹਾਰੀ ਬਿਹਾਰੀ ਲਾਮਾ ਦੁਲਾਮਾ ਔਂਕੜ ਦੇ ਲੰਕੜ ਹੋੜਕ ਨੋੜਾ ਰਾਈਟ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਸਾਡੇ ਕੋਲ 6 ਸਾਊਂਡ ਚੇਂਜ ਕਰਨ ਵਾਲੇ ਸਿੰਬਲ ਨੇ ਜਿਵੇਂ ਅਦਕ ਟਿੱਪੀ ਬਿੰਦੀ ਛੋਟਾ ਰਾਹਾ چھوٹਾ ਹਾਂ ਹਾਂ چھوٹਾ ਬਾਬਾ ਠੀਕ ਹੈ ਸੋ ਇਹਨਾਂ ਸਾਰਿਆਂ ਨੂੰ ਅਸੀਂ ਕਿਸ ਤਰ੍ਹਾਂ ਯੂਜ਼ ਕਰਨਾ ਸੋ ਅੱਜ ਅਸੀਂ ਫੋਕਸ ਕਰਾਂਗੇ ਟਿੱਪੀ ਤੇ ਬਿੰਦੀ ਦੇ ਨਾਲ ਮਾਤਰਾ ਦੀ ਵਰਤੋਂ ਕਿਵੇਂ ਕਰਨੀ ਹੈ ਠੀਕ ਹੈ ਸੋ ਇਹ ਹਾਊਸ ਆਫ ਮਾਤਰਾ ਬਣਿਆ ਹੋਇਆ ਤੇ ਮੈਂ ਤੁਹਾਨੂੰ ਇੱਥੇ ਆਨਸਰ ਦਿੱਤੇ ਨੇ ਠੀਕ ਹੈ ਤੁਸੀਂ ਇਸ ਤਰ੍ਹਾਂ ਆਪਣੀ ਕਿਤਾਬ ਵਿੱਚ ਲਿਖੋਗੇ ਫੋਰ ਐਗਜ਼ਾਮਪਲ ਮੁਖਤਾ ਦੇ ਨਾਲ ਅਸੀਂ ਟਿੱਪੀ ਵਰਤ ਰਿਹਾ ਕਿ ਬਿੰਦੀ ਟਿੱਪੀ ਕੰਨਾ ਦੇ ਨਾਲ ਟਿੱਪੀ ਕਿ ਬਿੰਦੀ bindi so etle ke mukta tippi kanna bindi same thing sihari tippi bihari bindi so etthe to si dikhoge theek hai lama bindi dalama bindi then hoda bindi knoda bindi then onkar tippi dulankar tippi note karo ke jediyan matra asi akharan de upar banneya oh de naal asi ਬਿੰਦੀ ਵਰਤਦੇ ਆ ਠੀਕ ਹੈ ਜਿਹੜੀਆਂ ਥੱਲੇ ਪਾਨੀਆਂ ਉਹਨਾਂ ਨਾਲ ਅਸੀਂ ਟਿੱਪੀ ਵਰਤਦੇ ਆ ਐਕਸੈਪਟ ਕੇ ਸਿਹਾਰੀ ਦੇ ਨਾਲ ਕਿਉਂਕਿ ਸਾਡੇ ਕੋਲ ਇੱਧਰ ਖਾਲੀ ਥਾਂ ਹੈ ਤਾਂ ਅਸੀਂ ਟਿੱਪੀ ਵਰਤੀਏ ਠੀਕ ਹੈ ਸੋ ਇਹ ਤੁਸੀਂ ਪੜ੍ਹ ਕੇ ਤੇ ਲਿਖ ਕੇ ਇੱਥੇ ਇਹ ਐਕਸਰਸਾਈਜ਼ ਪੂਰੀ ਕਰਨੀ ਹੈ ਤਾਂ ਥੱਲੇ ਅਸੀਂ ਐਗਜ਼ਾਮਪਲਸ ਲਿਖਿਆ ਸ਼ਬਦਾਨੀਆਂ ਤਿੰਨ ਤਿੰਨ ਐਗਜ਼ਾਮਪਲ ਲਿਖੇ ਆ ਚੌਥੀ ਐਗਜ਼ਾਮਪਲ ਤੁਸੀਂ ਆਪ ਲਿਖੋਗੇ ਠੀਕ ਹੈ ਕੰਨਾ ਬਿੰਦੀ ਕੰਨਾ ਬਿੰਦੀ ਦੇ ਨਾਲ ਕਿਹੜੇ ਸ਼ਬਦ ਅਸੀਂ ਲਿਖ ਸਕਦੇ ਹਾਂ ਮਾ ਸਮਾ ਨਮਾ ਹੋਰ ਕਿਹੜਾ ਸ਼ਬਦ ਲਿਖ ਸਕਦੇ ਹਾਂ ਤਾਂ ਜਾ ਨਾ ਹਾਂ ਰਾਈਟ ਬੋਥ ਸ਼ਬਦ ਅਸੀਂ ਹੋਰ ਲਿਖ ਸਕਦੇ ਹਾਂ ਦਨ ਬਿਹਾਰੀ ਬਿੰਦੀ ਇਹ ਸਾਰੇ ਪਹਿਲੇ ਸੀ ਬਿੰਦੀ ਵਾਲੇ ਕਰਾਂਗੇ ਫਿਰ ਟਿੱਪੀ ਵਾਲੇ ਕਰਾਂਗੇ ਤੁਸੀਂ ਅਸੀਂ ਨਿੰਦ ਮਲਕੀਤ ਬਿੰਗ ਤੁਸੀਂ ਹੋਰ ਕਿਹੜਾ ਸ਼ਬਦ ਸੋਚ ਸਕਦੇ ਹੋ then hoda de bindinal runda tunda ओंकार now evla shabad je main vich aeda na paandi te main bindee paani si kyunki main aeda paata ta e tiphi shabad ban gaya so e example itthe galat ho jegi i should take out aeda and then write ओंकार dek kado theek hai dulank unk nora son sonda ਬੋਂਦਾ ਬੋਂਗਾ ਸੋਂਦੀ ਪੋਂਦੀ ਰਾਈਟ ਕੋਈ ਵੀ ਸ਼ਬਦ ਤੁਸੀਂ ਲਿਖਦੇ ਬੋਂਗਾ ਇਸ ਕੰਡ ਅ ਸਿੱਲੀ ਲਾਮਾ ਬਿੰਦੀ ਆਏਂਗੀ ਜਾਏਂਗਾ ਆਏਂਗਾ ਆਏਂਗੀ ਲਿਆਏਂਗਾ ਲਿਆਏਂਗੀ ਐਨੀ ਸ਼ਬਦ ਠੀਕ ਹੈ ਦਲਾਵਾ ਬਿੰਦੀ ਮੈਂ ਪੈਂਤੀ ਸੈਂਤੀ ਗੈਂਡਾ ਨਾ ਅਸ਼ਾ سارے ਟਿੱਪੀ ਵਾਲੇ ਸ਼ਬਦ ਨੇ ਟਿੱਪੀ ਮੁਕਤਾ खंड या खंडा पंज अंदर कंबल सिहारी टिप्पी सिंह गोबिंद पिंक सिंह औकड़ टिप्पी धुंद बुंगा खुंब नुद ने दो तरह लिख सकते हैं अद्दे भी लिख सकते हैं दद्दे भी लिख सकते हैं धुंद दद्दा भी आ सकता है ठीक दो है दोनों तरह ठीक है तुलैंकड़ टिप्पी ਤੂੰ ਮੈਨੂੰ ਤੈਨੂੰ ਤੂੰ ਜਾਂ ਤੂੰ ਆ ਸਮੋਕ ਰਾਈਟ ਹੁਣ ਟੂ ਸੇ ਐ ਥੋੜੀ ਐਕਸਰਸਾਈਜ਼ ਕਰੋਗੇ ਊੜੇ ਨੂੰ ਕਿਹੜੀਆਂ ਮਾਤਰਾ ਲੱਗ ਸਕਦੀਆਂ ਹਨ ਵਿਚ ਮਾਤਰਾ ਜਿਹਨਾਂ ਊੜਾ ਯੂਜ਼ ਊੜਾ ਕੈਨ ਯੂਜ਼ ਹੋੜਾ ਕਨੋੜਾ ਤੇ ਦੁਲੈਂਕੜ ਇਟ ਕੈਨ ਨਾ ਟੇਕ ਐਨੀ ਅਦਰ ਮਾਤਰਾ ਐੜੇ ਨੂੰ ਕਿਹੜੀਆਂ ਮਾਤਰਾ ਲੱਗ ਸਕਦੀਆਂ ਹਨ ਮੁਕਤਾ ਐੜੇ ਨੂੰ ਕੁਝ ਵੀ ਨਹੀਂ ਲਾ ਸਕਦੇ ਅਸੀਂ ਤਾਵੇਂ ਸ਼ਬਦ ਬਣ ਜਾਣਗੇ ਜਿਵੇਂ ਅੰਬ ਅੱਜ ਅੱਠ ਰਾਈਟ ਅੱਠ ਕੰਨਾ ਦਲਾਵਾ ਤੇ ਕਨੌੜਾ ਈੜੀ ਨੂੰ ਕਿਹੜੀਆਂ ਮਾਤਰਾ ਲੱਗ ਸਕਦੀਆਂ ਹਨ ਸਿਹਾਰੀ ਬਿਹਾਰੀ ਤੇ ਲਾਵਾ ਕੰਨੇ ਨਾਲ ਬਿੰਦੀ ਲੱਗਦੀ ਹੈ ਜਾਂ ਟਿੱਪੀ ਬਿੰਦੀ ਬਿੰਦੀ ਕਿਹੜੀਆਂ ਮਾਤਰਾ ਨਾਲ ਵਰਤੀ ਜਾਂਦੀ ਹੈ ਕੰਨਾ ਬਿਹਾਰੀ ਲਾਵਾ ਦੁਲਾਵਾ ਹੋੜਾ ਗਨੋਰਾ ਇਹ ਸਾਰੀਆਂ ਇੱਥੇ ਲਿਖੀਆਂ ਠੀਕ ਹੈ ਟਿੱਪੀ ਕਿਹੜੀਆਂ ਮਾਤਰਾ ਨਾਲ ਵਰਤੀ ਜਾਂਦੀ ਹੈ ਮੁਕਤਾ ਸਿਹਾਰੀ ਔਂਕੜ ਦੁਲੈਂਕੜ ਠੀਕ ਹੈ ਮੁਕਤਾ ਸ਼ਬਦਾਂ ਨਾਲ ਬਿੰਦੀ ਲੱਗਦੀ ਹੈ ਟਿੱਪੀ ਟਿੱਪੀ ਠੀਕ ਹੈ ਸੋ ਘਰ ਦੇ ਕੰਮ ਵਿੱਚ ਤੁਸੀਂ ਕੀ ਕਰੋਗੇ ਇਹ ਨੰਬਰ ਲਿਖੇ ਨੇ ਠੀਕ ਹੈ 21 22 23 24 25 21 22 23 24 25 ਇਹਨਾਂ ਨੂੰ ਤੁਸੀਂ ਚਾਰ ਵਾਰੀ ਕਾਪੀ ਕਰਕੇ ਲਿਖੋਗੇ ਇਹਦੇ ਨਾਲ ਤੁਹਾਨੂੰ ਨੰਬਰ ਵੀ ਆ ਜਾਣਗੇ ਤੁਹਾਨੂੰ ਬੋਲਣਾ ਵੀ ਆ ਜਾਏਗਾ ਪੰਜਾਬੀ ਤੁਹਾਨੂੰ ਪੰਜਾਬੀ ਲਿਖਣੀ ਵੀ ਆ ਜਾਏਗੀ ਇਹ ਤੁਹਾਨੂੰ ਇੱਕ ਐਕਸਰਸਾਈਜ਼ ਦਿੰਦੀ ਹੈ ਜ ਜਿਹਦੇ ਵਿੱਚ ਕੇ ਤੁਸੀਂ ਮੁਕਤਾ ਟਿੱਪੀ ਦੇ ਨਾਲ ਪੰਜ ਸ਼ਬਦ ਲਿਖਣੇ ਨੇ ਠੀਕ ਹੈ ਕੰਨਾਂ ਬਿੰਦੀ ਦੇ ਨਾਲ ਪੰਜ ਸ਼ਬਦ ਲਿਖਣੇ ਨੇ ਸਿਹਾਰੀ ਨਾਲ ਪੰਜ ਸ਼ਬਦ ਲਿਖਣੇ ਸੋ ਇਹ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੇ ਨੇ ਤੁਸੀਂ ਇਹ ਹੀ ਕਾਪੀ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਸ਼ਬਦ ਲਿਖ ਸਕਦੇ ਹੋ ਠੀਕ ਹੈ ਸੋ ਹੋਪਫੁਲੀ ਇਹ ਲੈਸਨ ਬਹੁਤ ਹੋ ਕੰਨੇ ਸੀ ਤੇ ਤੁਸੀਂ ਕੁਇਕ ਰਿਵਿਊ ਕਰਕੇ ਹੁਣ ਤੁਸੀਂ ਵਧੀਆ ਰੀਡਿੰਗ ਕਰਨ ਵਾਸਤੇ ਤਿਆਰ ਹੋ ਤੇ ਆਪਾਂ ਅਗਲੇ ਲੈਸਨ ਵਿੱਚ ਫਿਰ ਮਿਲਦੇ ਹਾਂ ਅੰਟਿਲ ਦੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ